2024 ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਸਾਹਮਣੇ ਆਈ ਹੈ ਕਾਂਗਰਸ ਸੱਤ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਨੇ 2019 ਦੇ ਵਿੱਚ 8 ਸੀਟਾਂ ਜਿੱਤੀਆਂ ਸੀਗੀਆਂ ਅੰਡਰਡੌਗ ਜਿਹੜਾ ਹੈ ਕਾਂਗਰਸ ਨੂੰ ਦੇਖਿਆ ਜਾ ਰਿਹਾ ਸੀਗਾ ਔਰ ਇਸ ਪੂਰੀ ਪਲੈਨਿੰਗ ਦੇ ਵਿੱਚ ਜਿਹੜਾ ਚਨਕਿਆ ਦਾ ਰੋਲ ਅਦਾ ਕੀਤਾ ਉਹ ਕੀਤਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾੜੀ ਟਿਕਟਾਂ ਤੋਂ ਲੈ ਕੇ ਕੈਂਪੇਨਿੰਗ ਤੱਕ ਹਰੇਕ ਜ਼ਿੰਮੇਵਾਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੰਭਾਲਿਆ ਗਿਆ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੋਹਾਂ ਦੀ ਜੋੜੀ ਨੇ 7 ਸੀਟਾਂ ਜਿੱਤੀਆਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿੱਤਾਈਆਂ ਨੇ ਬਾਈਬਾ ਸਾਹਿਬ ਨਾਲ ਗੱਲਬਾਤ ਕਰਾਂਗੇ ਬਾਈਬਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਅੰਡਰਡੋਗ ਜੀ ਦਿਨ ਤੋਂ ਦੇਖਿਆ ਜਾ ਰਿਹਾ ਸੀ ਕਾਂਗਰਸ ਨੂੰ ਕਿ ਕਾਂਗਰਸ ਜਿਹੜੀ ਹੈ 2022 ਤੋਂ ਬਾਅਦ ਲਗਾਤਾਰ ਹੇਠਾਂ ਆ ਰਹੀ ਹੈ ਕਾਂਗਰਸ ਦਾ ਪੰਜਾਬ ਸਰਵਾਈਵਲ ਦੀ ਲੜਾਈ ਲੜ ਰਹੀ ਹੈ ਕਾਂਗਰਸ ਜਿਹੜੀ ਹੈ ਉਹ ਕਿਵੇਂ ਅੱਗੇ ਵਧੇਗੀ ਲੇਕਿਨ ਸਾਰਿਆਂ ਨੂੰ ਪਿੱਛੇ ਕਰਕੇ 7 ਸੀਟਾਂ ਲੈ ਲਈ ਯਕੋ ਸਾਰਿਆਂ ਤੋਂ ਪਹਿਲੇ ਪੰਕਜ ਜੀ ਮੈਂ ਪੰਜਾਬ ਦੇ ਸਾਰੇ ਵੋਟਰਸ ਦਾ ਸ਼ੁਕਰਾਨਾ ਕਰਨਾ ਚਾਹਨਾ ਐਂਡ ਵਿਸ਼ੇਸ਼ ਤੌਰ ਕਾਂਗਰਸ ਦੇ ਵਰਕਰਸ ਦਾ ਜਿਹੜੇ ਬੂਥਾਂ ਤੇ ਬੈਠੇ ਜਿਨ੍ਹਾਂ ਨੇ ਘਰਾਂ ਵਿੱਚੋਂ ਸਾਰਿਆਂ ਨੂੰ ਜ਼ੋਰ ਪਾ ਕੇ ਬਾਹਰ ਕੱਢਿਆ ਤੇ ਵੱਡੇ ਪੈਮਾਨੇ ਤੇ ਕਾਂਗਰਸ ਨੂੰ ਜਿੱਤ ਦਵਾਈ ਥੋੜੀ ਜੀ ਤੁਹਾਡੀ ਨੰਬਰਸ ਦੀ ਕਰੈਕਸ਼ਨ ਕਰਨਾ ਚਾਹਨਾ ਚੰਡੀਗੜ੍ਹ ਰਾਜਧਾਨੀ ਪੰਜਾਬ ਦੀ ਐ ਸੋ 7 1 8 ਕੋ 7 ਨਹੀਂ ਨੇ 8 ਹੀ ਨੇ ਉਸੀ ਵਾਰ ਪਿਛਲੀ ਵਾਰ ਦਾ ਤੇ ਅੱਕੀ ਦਾ ਫਰਕ ਕੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਚੀਮਸਟ ਸੰ ਪੰਜਾਬ ਸਾਡੇ ਕੋ ਨਾ ਸੈਂਟਰ ਵਿੱਚ ਪਾਵਰ ਸੀ ਨਾ ਸਾਡੇ ਕੋ ਪੰਜਾਬ ਵਿੱਚ ਪਾਵਰ ਸੀ ਔਨ ਦੀ ਕੰਟ੍ਰੀ ਨੇ ਸੈਂਟਰ ਦੀ ਏਜੰਸੀਆਂ ਤੇ ਪੰਜਾਬ ਦੀ ਵਿਜੀਲੈਂਸ ਇਕੱਠੇ ਹੋ ਕੇ ਪੰਜਾਬ ਦੀ ਲੀਡਰਸ਼ਿਪ ਨੂੰ ਪਰੇਸ਼ਾਨ ਕਰ ਰਹੀ ਸੀ ਤੰਗ ਕਰ ਰਹੀ ਸੀ ਕਿਸੇ ਨੂੰ ਅੰਦਰ ਦੇ ਰਹੀ ਸੀ ਕੇਸ ਰਜਿਸਟਰ ਕਰ ਰਹੀ ਸੀ ਹਰ ਪੁਰਜ਼ੋਰ ਕੋਸ਼ਿਸ਼ ਸੀ ਕਿ ਕਾਂਗਰਸ ਨੂੰ ਡਰਾਇਆ ਜਾਏ ਠਮਕਾਇਆ ਜਾਏ ਤੋੜ ਦਿੱਤਾ ਜਾਏ ਐਂਡ ਬਹੁਤ ਸਾਰੇ ਬੰਦੇ ਸਾਡੇ ਠਮਕਾ ਕੇ ਇਹ ਦੂਜੀਆਂ ਪਾਰਟੀਆਂ ਚ ਵੀ ਲੈ ਕੇ ਗਏ ਨੇ ਐਂਡ ਮੈਂ ਸਮਝਣੇ ਦੇ ਵਿੱਚ ਕੰਪਲੀਟ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਭਗਵੰਤ ਮਾਨ ਇਕੁਅਲੀ ਇਨਵੋਲਡ ਸਨ ਮੇਰਾ ਪਹਿਲੇ ਵੀ ਕਹਿਣਾ ਤੇ ਮੇਰਾ ਅੱਜ ਦਾ ਵੀ ਕਹਿਣਾ ਭਗਵੰਤ ਮਾਨ ਦੀ ਲਾਇਲਟੀ ਐਸ ਟਾਈਮ ਅਰਵਿੰਦ ਕੇਜਰੀਵਾਲ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਦਿੱਲੀ ਦੇ ਨਾਲ ਸੋ ਮੈਂ ਬਹੁਤ ਤੁਹਾਡਾ ਮਸ਼ਕੂਰ ਹਾਂ ਤੁਸੀਂ ਐਪਰੀਸ਼ੀਏਟ ਕਰੋਗੇ ਪਿਛਲੀ ਵਾਲਾ ਨੰਬਰ ਲੈ ਕੇ ਆਣਾ ਤੇ ਇਹਨਾਂ ਦੀ 13 ਜ਼ੀਰੋ ਦੀ ਜਗ੍ਹਾ ਤੇ ਹੁਣ ਜਿਹੜਾ ਅਗਲਾ ਡੰਡਾ ਹੈ ਉਹ ਲੱਭ ਨਹੀਂ ਰਿਹਾ ਕਿ ਗਿਆ ਕਿੱਧਰ ਅਸੀਂ ਬੜੇ ਜ਼ੋਰ ਨਾਲ ਭਾਲ ਕਰ ਰਹੇ ਹਾਂ ਕਿ 13 ਵਿੱਚੋਂ ਜਿਹੜਾ ਅਗਲਾ ਡੰਡਾ ਆਪ ਦਾ ਉਹ ਗਿਆ ਕਿੱਧਰ ਬਥੇਰਾ ਲੱਭਿਆ ਮੰਜੀਆਂ ਥੱਲੇ ਲੱਭਿਆ ਟੇਬਲ ਦੇ ਥੱਲੇ ਲੱਭਿਆ ਕੁਰਸੀਆਂ ਦੇ ਥੱਲੇ ਲੱਭਿਆ ਪਰ ਉਹ ਅਗਲਾ ਡੰਡਾ ਨਹੀਂ ਲੱਭਿਆ ਇਹ ਹੁਣ ਨਾ ਤਿੰਨ 'ਚ ਰਹਿ ਗਏ ਨੇ ਨਾ 13 'ਚ ਰਹਿ ਗਏ ਨੇ ਵਜਾ ਕੀ ਮੰਦੇ ਹੋ ਤੁਸੀਂ ਕਿ ਕਾਂਗਰਸ 7 ਸੀਟਾਂ ਤੇ ਆਮ ਆਦਮੀ ਪਾਰਟੀ 3 ਸੀਟਾਂ ਤੇ ਵਜਾ ਕੀ ਮੰਦੇ ਹੋ ਵਜਾ ਪੰਤਜੀ ਸਿੱਧੀ ਹੈ ਝੂਠ ਤੇ ਕੁਫਰ ਜਿਹੜਾ ਉਹ ਥੋੜਾ ਚਿਰ ਸਾਹਿਬ ਉਹ ਕਹਿੰਦੇ ਆਹ ਆਰਤੀ ਅਢੀਕੋਆ ਰਿਜਰਟ ਸਾਦੀ ਦੋ ਦੋ ਵਾਰ ਰਿਜਰਟ ਦੀ ਟੋਟਲ ਫਰਾਡ ਕੀਤਾ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਕੁਫਰ ਤੋਂ ਲਿਆ ਹਰ ਸਟੇਜ ਉਤੇ ਫੇਲ ਹੋਏ ਔਰਤਾਂ ਨੂੰ ਝੂਠ ਬੋਲਿਆ ਅਸੀਂ 1000 ਰੁਪਏ ਦੇਵਾਂਗੇ ਕਿਸਾਨਾਂ ਨੂੰ ਕਿਹਾ ਤੇ ਆ ਫਸਲਾਂ ਖਰੀਦਾਂਗੇ ਚੁਟਕੀਆਂ ਮਾਰ ਮਾਰ ਕੇ ਐਮਐਸਪੀ ਦੀਆਂ ਗੱਲਾਂ ਕੀਤੀਆਂ ਹਰ ਫਰਕ ਕਿਸੇ ਦੀ ਜਿੱਥੇ ਜਾਇਦਾਦ ਜ਼ਿੰਦਗੀ ਮਹਿਫੂਜ਼ ਨਹੀਂ ਰੋਜ਼ ਇੰਨੇ ਜ਼ਿਆਦਾ ਲੋਕਾਂ ਨੂੰ ਕਾਲਸ ਆ ਰਹੀਆਂ ਫਰੋਤੀਆਂ ਦੀਆਂ ਚਿੱਠੀਆਂ ਆ ਰਹੀਆਂ ਲੋਕ ਤੇ ਸ਼ੁਕਰ ਕਰ ਰਹੇ ਹੋ ਕਹਿੰਦੇ ਨੇ ਕਿ ਜੀ ਜਿੰਨੀ ਜਲਦੀ ਹੋ ਸਕੇ ਸਾਨੂੰ ਇਹਨਾਂ ਤੋਂ ਰਾਹਤ ਦਿਵਾਓ ਇਹਨਾਂ ਨੂੰ ਕੰਡੂ ਇਤੋਂ ਬਾਹਰ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਵੇਖੋ ਇਹ 42% ਵੋਟ ਤੋਂ 2.5 ਸਾਲਾਂ ਦੇ ਵਿੱਚ ਸਮਾਂ 2 ਸਾਲ ਪੂਰੇ ਹੋਏ ਇਹ ਇਸ ਟਾਈਮ 26% ਤੇ ਆ ਗਏ ਨੇ ਤੁਸੀਂ ਫਾਲ ਵੇਖੋ ਕਿੰਨਾ ਇਸ 16% ਵੋਟ ਕੱਟੀਏ ਤੇ 16 ਵੀ ਪੰਕਜ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਕਿਤੇ ਸਰਪੰਚੀ ਦੀਆਂ ਇਲੈਕਸ਼ਨਾਂ ਜਾਂ ਮਿਸੀਪੈਲਿਟੀ ਤੇ ਕਾਰਪੋਰੇਸ਼ਨ ਦੀਆਂ ਪਹਿਲੇ ਖਰਾਬ ਬੈਠੇ ਹੁੰਦੇ ਇਹ 26 ਤੋਂ ਹੁਣ ਇਸ 16 ਤੇ ਤੁਲ ਜਾਨੀ 10 ਵੋਟ ਡਿੱਗ ਪਈ ਨੇ ਇਹਨਾਂ ਨਾਲ ਜਿਹੜੇ ਲੋਕ ਉਹ ਨੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਤਾਕਤ ਨਾਲ ਸਮਝਦੇ ਹੋਏ ਕਿ ਇਹਨਾਂ ਦੇ 2.5 ਸਾਲ ਬਕਾਇਆ ਨੇ ਅਸੀਂ ਟਾਈਮ ਕੱਢਣਾ ਹੈ ਫਾਇਦੇ ਲੈਣੇ ਨੇ ਉਹੀ ਲੋਕ ਨਾਲ ਨੇ ਜਿਹੜੇ ਮੋਸਟਲੀ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਜਿਹੜੇ ਚਾਹਦੇ ਸੀ ਕੋਈ ਬਦਲਾਅ ਆਵੇਗਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੋਈ ਬਿਹਤਰੀ ਹੋਏਗੀ ਸਾਡੇ ਨੌਜਵਾਨਾਂ ਦੀ ਕੋਈ ਇਥੇ ਬੈਟਰਮੈਂਟ ਹੋਏਗੀ ਉਹ ਤੇ ਸਾਰੇ ਡਿਸਿਲੂਜਨਡ ਹੋ ਗਏ ਨੇ ਆ ਰਿਜ਼ਲਟ ਕੰਪਲੀਟ ਡਿਸਿਲੂਜਨਮੈਂਟਸ ਐਕਸਾਈ ਤੋਂ ਪਹਿਲਾਂ ਇਸ ਨੂੰ ਸੈਮੀ ਫਾਈਨਲ ਦੇ ਦੌਰ ਤੇ ਵੀ ਦੇਖਿਆ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਟਿਕਟਾਂ ਤੋਂ ਲੈ ਕੇ ਹਰੇਕ ਸਾਤੇ ਇੱਕ ਵੱਡੀ ਭੂਮੀ ਜ਼ਾਰੀ ਬਈ 27 ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਐਜ਼ ਅ ਸੀਐਮ ਫੇਸ ਵੀ ਕਾਂਗਰਸ ਦੇ ਦੇਖੇ ਜਾ ਰਹੇ ਪ੍ਰਤਾਪ ਬਾਜਵਾ ਇਸ ਲਈ ਤਿਆਰ ਨੇ ਕੋ ਮੇਰੀ ਸੁਣੋ ਪੰਪੇ ਦੀ ਕਿਸ ਕਿਸ ਕਿਸਮ ਦੇ ਹਾਲਾਤ ਪੰਜਾਬ ਚ ਮੰਦੇ ਜਾ ਰਹੇ ਮੈਨੂੰ ਜ਼ਿਆਦਾ ਫਿਕਰ ਆਪਣੇ ਸੂਬੇ ਦਾ ਮੈਨੂੰ ਫਿਕਰ ਹੈ ਕਿ 40 ਸਾਲ ਪਹਿਲੇ ਜਿਸ ਕਿਸਮ ਦੇ ਹਾਲਾਤ ਸਨ ਉਹ ਫੇਰ ਜਿਹੜੀ ਸੈਂਟਰ ਦੀ ਪਾਰਟੀ ਹੈ ਸੈਂਟਰ ਦੀ ਸਰਕਾਰ ਹੈ ਤੇ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਪੰਜਾਬ 'ਚ ਹਾਲਾਤ ਇਹੋ ਜਿਹੇ ਪੈਦਾ ਕਰਦੀ ਏ ਜਿਹੜਾ ਸਾਡੀ ਆਪਸੀ ਭਾਈਚਾਰਾ ਜਿਹੜਾ ਬਾਰੇ ਟਾਈਮ ਦੇ ਵਿੱਚ ਵੀ ਕਦੀ ਨਹੀਂ ਟੁੱਟਾ ਇਸ ਟਾਈਮ ਉਹਦੇ ਤੇ ਬਹੁਤ ਵੱਡਾ ਫਰੰਟਲ ਅਟੈਕ ਹੋ ਰਿਹਾ ਸਾਨੂੰ ਉਹਦੇ ਤੋਂ ਬਚਣ ਦੀ ਲੋੜ ਹੈ ਮੈਨੂੰ ਆਪ ਅਸੀਂ ਕਿੱਥੇ ਜਾਣਿਆ ਤੇ ਸਾਡਾ ਕੀ ਬੰਦਾ ਉਹ ਜ਼ਰੂਰੀ ਨਹੀਂ ਸਾਨੂੰ ਅੱਜ ਇਹ ਹੈ ਕਿ ਸਾਡਾ ਪੰਜਾਬ ਤੇ ਸਾਡੇ ਪੰਜਾਬੀ ਜਿਹੜੇ ਨੇ ਪਹਿਲੇ ਇਹ ਕਿਸ ਇਹ ਇਹਨਾਂ ਦੇ ਇੰਟਰਸਟ ਕਿਸ ਤਰ੍ਹਾਂ ਸੀ ਬਗਾੜੀ ਇਸ ਕਰਕੇ ਕਹਿ ਰਹੇ ਕਿਉਂਕਿ ਅੰਮ੍ਰਿਤਪਾਲ ਦਾ ਜਿਤਨਾ ਜਾਂ ਫਿਰ ਸਰਬਜੀਤ ਹੋਰਾਂ ਦਾ ਜਿਤਨਾ ਇਸ ਕਰਕੇ ਤੁਹਾਨੂੰ ਇਹ ਚੀਜ਼ ਲੱਗਦੀ ਹੈ ਮੈਂ ਕਿਸੇ ਦੀ ਵੇਖੋ ਇਹਨਾਂ ਦੀ ਜਿੱਤ ਤੇ ਜਦੋਂ ਇਹ ਉੱਥੇ ਜਾਣ ਵੇਖੋ ਜਿਨ੍ਹਾਂ ਨੇ ਜਿਤਾਇਆ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਤੁਸੀਂ ਚੈਲੰਜ ਕਿਸ ਤਰ੍ਹਾਂ ਕਰ ਸਕਦੇ ਹੋ ਅਸੀਂ ਵੀ ਉਹਨਾਂ ਦੀ ਵੋਟਾਂ ਨਾਲ ਜਿੱਤ ਕੇ ਆਏ ਹਾਂ ਤੋ ਲੋਕਾਂ ਨੇ ਤੇ ਵੋਟਾਂ ਪਾਈਆਂ ਨੇ ਹੁਣ ਇਹਨਾਂ ਦੀ ਪਰਫਾਰਮੈਂਸ ਜਦੋਂ ਉੱਥੇ ਜਾਣਗੇ ਜਿਹਨਾਂ ਦੋ ਵਿਅਕਤੀਆਂ ਦਾ ਤੁਸੀਂ ਨਾਲ ਲਿਆ ਪਾਰਲੀਮੈਂਟ ਜਾਣਗੇ ਤੇ ਵੇਖਾਂਗੇ ਉੱਥੇ ਪਰਫਾਰਮੈਂਸ ਕਿ ਹੋ ਜੀ ਪੰਜਾਬ ਮੈਂ ਬੇਸਿਕਲੀ ਮੈਂ ਬੇਸਿਕਲੀ ਕਿਸੇ ਤੋਂ ਜ਼ਿਆਦਾ ਮੈਨੂੰ ਰੰਜੇ ਮੈਨੂੰ ਰੰਜੇ ਸੈਂਟਰ ਦੀ ਗਵਰਨਮੈਂਟ ਤੇ ਕਾਰਨ ਕਿ ਪੰਜਾਬ ਬਾਰਡਰ ਦਾ ਸੂਬਾ ਔਲਰੇਡੀ 40 ਸਾਲ ਪਹਿਲੇ ਅਸੀਂ ਇਹ ਸੇਮ ਐਕਸਪੈਰੀਮੈਂਟ ਹੋਇਆ ਵੇਖ ਚੁੱਕੇ ਹਾਂ ਫੇਲ ਹੋਇਆ ਵੇਖ ਚੁੱਕੇ ਹਾਂ ਪੰਜਾਬੀਆਂ ਨੇ 35000 ਤੋਂ ਵੱਧ ਪੰਜਾਬੀ ਉਸ ਮੂਵਮੈਂਟ ਚ ਮਾਰੇ ਗਿਆ ਪੰਜਾਬੀਆਂ ਦੇ ਹੱਥੋਂ ਪੰਜਾਬੀ ਮਾਰੇ ਗਏ ਨੇ ਤੇ ਜਿਸ ਮੂਮੈਂਟ ਦੇ ਵਿੱਚ ਸਾਡੇ ਪਿਤਾ ਬਹੁਤ ਸਾਰੇ ਇਹੋ ਜਿਹੇ ਲੀਡਰ 2300 ਤੋਂ ਵੱਧ ਕਾਂਗਰਸ ਦਾ ਪਿੰਡਾਂ ਦੇ ਵਰਕਰ ਸਰਪੰਚ ਤੋਂ ਲੈ ਕੇ ਚੀ ਮੰਿਸਟਰ ਉਸ ਮੂਮੈਂਟ 'ਚ ਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤੇ ਗਏ ਨੇ ਮੈਂ ਨਹੀਂ ਇਹ ਚਾਹਦਾ ਅਸੀਂ ਆਈਏ ਪਾਵੇਂ ਨਾ ਆਈਏ ਪੰਕਜ ਜੀ ਕੌਣ ਮੁੱਖ ਮੰਤਰੀ ਬਣੇ ਕੌਣ ਨਾ ਬਣੇ ਇਹ ਇੰਪੋਰਟੈਂਟ ਨਹੀਂ ਅੱਜ ਇੰਪੋਰਟੈਂਟ ਏ ਕਿ ਪੰਜਾਬ ਇਕਨੋਮਿਕ ਤੌਰ ਤੇ ਮਾਲੀ ਤੌਰ ਤੇ ਪਹਿਲੇ ਹੀ ਬਹੁਤ ਪਛੜ ਚੁੱਕਿਆ ਬਟ ਕਿਰਪਾ ਕਰਕੇ ਅਸੀਂ ਆਪਣਾ ਪਾਈਚਾਰਕ ਸਾਹ ਜਿਹੜੀ ਹੈ ਉਹ ਨਾ ਖਰਾਬ ਹੋਉਂਦੀ ਹੈ ਪੰਜਾਬ ਦੀ ਰਾਜਨੀਤੀ ਤੇ ਅਮਰਤਪਾਲ ਦਾ ਜਿੱਤਣਾ ਸਰਬਜੀਤ ਘੋੜਾ ਦਾ ਜਿੱਤਣਾ ਕਿਉਂਕਿ ਸਿਆਸਤ ਸਭ ਤੋਂ ਸੀਨੀਅਰ ਤੁਹਾਨੂੰ ਪੰਜਾਬ ਦੇ ਲੀਡਰ ਹੋ ਇਹਨਾਂ ਦੋਹਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਿਆਸਤ ਤੁਹਾਡਾ ਤਜਰਬਾ ਕੀ ਕਹਿੰਦਾ ਵੇਖੋ ਪੰਕਜ ਜੀ ਮੈਂ ਇਹ ਗੱਲ ਕਹਿ ਰਿਹਾ ਮੈਂ ਤੁਹਾਨੂੰ ਵਾਰੀ ਵਾਰੀ ਕਿਉਂ ਕਹਿ ਰਿਹਾ ਮੈਂ ਉਹੀ ਕਾਲਾ ਦੌਰ ਵੀ ਵੇਖਿਆ ਅਸੀਂ ਪਿੰਡਿਆਂ ਤੇ ਹੰਡਾਇਆ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਸੈਂਟਰ ਜਿਹੜੀ ਭਾਜਪਾ ਦੀ ਸਰਕਾਰ ਤੇ ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਪੰਜਾਬ 'ਚ ਇਹੋ ਜਿਹੇ ਹਾਲਾਤ ਪੈਦਾ ਕਰਨੀਆਂ ਚਾਹੁੰਦੀਆਂ ਨੇ ਜਿਹਦੇ ਨਾਲ ਕਮਿਊਨਲ ਪੋਲਰਾਈਜੇਸ਼ਨ ਹੋਵੇ ਕਮਿਊਨਲ ਪੋਲਰਾਈਜੇਸ਼ਨ ਦਾ ਤੁਸੀਂ ਰਿਜ਼ਲਟ ਵੇਖਿਆ ਜੇ ਇੱਕ ਪਾਸਾ ਪੋਲਰਾਈਜ਼ ਹੋਇਆ ਤੇ ਦੂਜਾ ਕਾਉਂਟਰ ਪੋਲਰਾਈਜੇਸ਼ਨ ਵੀ ਹੋ ਰਿਹਾ ਜਿਹਦਾ ਰਿਜ਼ਲਟ ਹੁਣ ਤੁਸੀਂ ਵੇਖ ਰਹੇ ਹੋ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਵੇਖ ਰਹੇ ਆ ਮੈਂ ਇਹੀ ਜਨ ਕਿ ਅੱਜ ਦੇ ਦਿਨ ਵੀ ਪੰਜਾਬੀ ਬਹੁਤ ਸੁਚੇਤ ਰਹਿਣ। ਨਾ ਸਾਨੂੰ ਭੱਜ ਪਈਆ ਉਦੋਂ ਕੋਈ ਲੱਭਿਆ ਸੀ। ਨਾ ਸਾਨੂੰ ਹੁਣ ਲੱਭਣਾ ਜੇ। ਸਾਨੂੰ ਤੇ ਆਪਣੇ ਪਰਿਵਾਰ ਆਪ ਬਚਾਣੇ ਪੈਣੇ ਨੇ। ਤੋਂ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿਰਪਾ ਕਰਕੇ ਤੁਸੀਂ ਕਿਸੇ ਨੂੰ ਮਰਜ਼ੀ ਵੋਟਾਂ ਪਾੜੋ। ਸਾਨੂੰ ਕੋਈ ਉਹਦਾ ਹੈ ਨਹੀਂ। ਇੱਥੇ ਡੈਮੋਕ੍ਰੇਸੀ ਹੈ ਲੋਕ ਰਾਜ ਹੈ। ਲੋਕਾਂ ਦਾ ਬਿਲਕੁਲ ਆਜ਼ਾਦ ਹਨ ਜਿੰਨੂੰ ਮਰਜ਼ੀ ਵੋਟ ਪਾ। ਜਿਹੜੀ ਮਰਜ਼ੀ ਸੋਚ ਨੂੰ। ਪਰ ਕਿਰਪਾ ਕਰਕੇ ਇਹਨਾਂ ਦੇ ਹੱਥਾਂ 'ਚ ਨਾ ਖੜੀਏ। ਮੈਂ ਇਹਦੇ ਵਾਸਤੇ ਸਿੱਧੇ ਤੋਂ ਬੀਜੇਪੀ ਨੂੰ ਤਿੰਨਾਂ ਦੀਆਂ ਸੈਂਟਰ ਦੀਆਂ ਏਜੰਸੀਆਂ ਨੂੰ ਜ਼ਿੰਮੇਵਾਰ ਸਮਝ। ਬਾਕੀਆਂ ਨੂੰ ਨੇ ਮੈਂ ਸਮਝ। ਬੀਜੇਪੀ ਨੇ ਪੂਰੀ ਵਾ ਲਗਾ ਦਿੱਤੀ। ਗੁਰਦਾਸਪੁਰ, ਪਟਾਣ ਮੰਤਰੀਆ, ਹੁਸ਼ਿਆਰਪੁਰ ਆਏ, ਜਲੰਧਰ ਆਏ, ਪਟਿਆਲਾ ਆਏ। ਸੀਟ ਇੱਕ ਵੀ ਨਹੀਂ ਆਈ। ਬੀਜੇਪੀ ਦਾ ਵੋਟ ਪਰਸੈਂਟੇਜ ਵਧਿਆ। 2.7 ਤੋਂ ਪਹਿਲਾਂ ਇਹ ਵੋਟ ਪਰਸੈਂਟੇਜ ਵਧਣਾ ਕਿਸ ਤਰੀਕੇ ਨਾਲ ਤੁਸੀਂ ਦੇਖੋ ਪੰਕਜ ਜੀ ਇਹ ਵੋਟ ਇੱਕ ਵਿਸ਼ੇਸ਼ ਤੌਰ ਇੱਕ ਧਾਰਮਿਕ ਇਸ਼ੂ ਦੇ ਨਾਂ ਤੇ ਵੋਟ ਪਈ ਹੈ। ਇਹ ਦੋਹਰੀ ਵਾਰ ਨਹੀਂ ਪਈ। ਇੱਕ ਵਾਰ ਭਾਜਪੀ ਕਿਸੇ ਟੰਗ ਨਾਲ ਲੋਕਾਂ ਨੂੰ ਮੋਲਡ ਕਰਕੇ ਧਰਮ ਦੇ ਨਾਂ ਤੇ ਵੱਡੇ ਤੋਂ ਵੱਡੇ ਲੋਕ ਵੱਡੇ ਤੋਂ ਵੱਡੀਆਂ ਕੌਮਾਂ ਵੀ ਮੋਲਡ ਹੋ ਜਾਂਦੀਆਂ ਇਹੋ ਜੇ ਅਸੀਂ ਮੋੜ ਪਹਿਲੇ ਵੀ ਜ਼ਿੰਦਗੀ 'ਚ ਵੇਖੇ ਨੇ ਜਦੋਂ ਲੋਕ ਜਦੋਂ ਧਰਮ ਦਾ ਆਂਦਾ ਨਾ ਆਂਦਾ ਤੇ ਲੋਕ ਉਹਦੋਂ ਫਿਰ ਬਹੁਤ ਕੁਝ ਪੁਲਾ ਕੇ ਪਾਸੇ ਹੋ ਕੇ ਉਹਨਾਂ ਦੀ ਵਿਚਾਰਤਾ ਰਾਈਓਵਰਨਾਈਟ ਬਦਲ ਜਾਂਦੀ ਮੈਂ ਸਮਝਦਾ ਇਹ ਸੈਕਿੰਡ ਟਾਈਮ ਨਹੀਂ ਹੋਣਾ ਇਹੀ ਗੱਲ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਨਾ ਬਹੁਤ ਸਾਰੇ ਸਿਆਣੇ ਜੋ ਮੈਂ ਤੁਹਾਨੂੰ ਦੱਸ ਰਿਹਾ ਜੋ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਉਸ ਇਸ਼ਾਰੇ ਨੂੰ ਸਮਝਦੇ ਕਿ ਆਪ ਬੀਜੇਪੀ ਇਹ ਕਹਿ ਰਹੇ ਕਿ 2027 ਚ ਅਸੀਂ ਸਰਕਾਰ ਬਣਾ ਰਹੇ ਸਾਡਾ ਗਰਾਊਂਡ ਤਿਆਰ ਹੋ ਗਿਆ 2027 ਚ ਅਸੀਂ ਸਰਕਾਰ ਬਣਾਵਾਂਗੇ ਤੇ ਬਾਅਦ ਇਹ ਗਰਾਊਂਡ ਕਿਸ ਤਰ੍ਹਾਂ ਤਿਆਰ ਕਰ ਰਹੇ ਨੇ ਪੰਜਾਬ ਦੇ ਵਿੱਚ ਆਪਸੀ ਪਾਈਚਾਰਾ ਤੋੜ ਕੇ ਗਰਾਊਂਡ ਤਿਆਰ ਕਰ ਰਹੇ ਨੇ ਜੀ ਇਹ ਸਮਝ ਦੇਣੇ ਕਿ ਗਰਾਊਂਡ ਐ ਪ੍ਰੀਪੇਅਰ ਹੋ ਗਈ ਤੇ ਪੰਜਾਬੀਆਂ ਨੇ ਹੋਣ ਨਹੀਂ ਦੇਣੀ ਇੱਕ ਸੀਟ ਜਿੱਤ ਨਹੀਂ ਸਕਿਆ ਤੇ ਗਰਾਊਂਡ ਇਹਨਾਂ ਦੀ ਪ੍ਰੀਪੇਅਰ ਕਿੱਥੋਂ ਹੋਣੀ ਤੁਹਾਨੂੰ ਮੈਂ ਦੱਸਿਆ ਇੱਕ ਵਾਰ ਵੋਟ ਪੈਣੀ ਸੀ ਮੈਂ ਜਿੰਨੀਆਂ ਗੱਲਾਂ ਤੁਹਾਨੂੰ ਪਹਿਲੇ ਔਨ ਕੈਮਰਾ ਕਹੀਆਂ ਨੇ ਨਿਊਜ਼ 18 ਨੂੰ ਕਹੀਆਂ ਬਾਕੀ ਟੀਵੀ ਚੈਨਲਸ ਨੂੰ ਕਰੈਕਟ ਹੋਈਆਂ ਕ ਨਹੀਂ ਜੀ ਭਾਵੇਂ ਬਿੱਟੂ ਦੀ ਹੋਏ ਭਾਵੇਂ ਇਹ ਦੀ ਹੋਏ ਤੁਸੀਂ ਜ਼ਿਕਰ ਕੀਤਾ ਬਿੱਟੂ ਜਦੋਂ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਤੁਸੀਂ ਕਿਹਾ ਸੀ ਮੈਂ ਆਪਣਾ ਜਰਨਲ ਭੇਜਾਂਗਾ ਮੈਂ ਆਪਣਾ ਦੰਦਾਵਾ ਭੇਜਾਂਗਾ ਰਵਨੀਤ ਬਿੱਟੂ ਖਰਦਿੰਦ ਕਿਵੇਂ ਦੇ ਪਿੱਕੋ ਇਹ ਗੁਰੂਵਾਰ ਸਭ ਦੀ ਮੇਰ ਹੈ ਜੀ ਪੰਜਾਬੀਆਂ ਨੇ ਕਦੀ ਵੀ ਗਦਾਰ ਨੂੰ ਪਸੰਦ ਨਹੀਂ ਕੀਤਾ ਜਿਹੜੇ ਬੰਦੇ ਬੇਜਿਵਾਨੇ ਨੇ ਜਿਹੜੇ ਬੰਦਿਆਂ ਦਾ ਕਰਦਾਰ ਨਹੀਂ ਹੈ ਜਿਹੜੇ ਗਦਾਰੀ ਕਰਦੇ ਨੇ ਉਹਨਾਂ ਨੂੰ ਕਦੀ ਪੰਜਾਬੀਆਂ ਨੇ ਬਖਸ਼ਿਆ ਨਹੀਂ ਜਿੰਨੇ ਇਸ ਟਾਈਮ ਪਾਰਟੀ ਹੌਪਰਸ ਨੇ ਜਿਹੜਾ ਇੱਕ ਛੱਡ ਕੇ ਭਾਵੇਂ ਉਹ ਰਿੰਕੂ ਏ ਭਾਵੇਂ ਪਿੰਕੂ ਏ ਭਾਵੇਂ ਟਿੰਕੂ ਏ ਭਾਵੇਂ ਆ ਬਿੱਟੂ ਏ ਇਹ ਸਾਰੇ ਬੰਦੇ ਬਾਜ ਤੇ ਇੱਕ ਬੰਦਾ ਹੁਸ਼ਿਆਰਪੁਰ ਚ ਬਚ ਗਿਆ ਉਹਦੇ ਵੱਲ ਵਿਸ਼ੇਸ਼ ਧਿਆਨ ਨਹੀਂ ਅਸੀਂ ਦੇ ਸਕਦੇ ਉਹਦੇ ਵੱਲ ਵੀ ਤੇ ਦੇ ਦਿੰਦੇ ਤੇ ਉਹਦਾ ਕੰਮ ਵੀ ਇਹੀ ਸੀ ਜੇ ਤੇ ਉਹ ਵੀ ਬੜੇ ਥੋੜੇ ਮਾਰ ਜਿੰਨਾ ਪਰ ਉੱਥੇ ਸਾਡਾ ਜਿਹੜੀ ਸਿਲੈਕਸ਼ਨ ਲੇਟ ਹੋਈ ਏ ਅਸੀਂ ਵਿਸ਼ੇਸ਼ ਧਿਆਨ ਉਹ ਸੀਟ ਵੱਲ ਦੇ ਨਹੀਂ ਸਕੇ ਬਹੁਤਾ ਧਿਆਨ ਤੇ ਸਾਡਾ ਬਿੱਟੂ ਵਾਲੀ ਰਿਹਾ ਕਿ ਇਹ ਨਾ ਕਦੇ ਨਿਕਲ ਜੇ ਸਾਡੇ ਹੱਥੋਂ ਜਾਂ ਪ੍ਰਨੀਤ ਕੋਰ ਨਾ ਨਿਕਲ ਕੇ ਚਲੀ ਜੇ ਉਹ ਵੇਖੋ ਤੁਸੀਂ ਉਹ ਦੋ ਟਰਾਫੀਆਂ ਅਸੀਂ ਰੱਖ ਲਈਆਂ ਆਪਣੇ ਕੋਲ ਸਾਹਮਣੇ ਤੋਂ ਇਸ ਗੱਲ ਕਰ ਮੈਂ ਬਖਸ਼ੂਰ ਹਾਂ ਲੋਕਾਂ ਦਾ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨੇ ਕਿਸੇ ਪਾਰਟੀ ਤੋਂ ਆਪਣੀ ਹੋਂਦ ਬਣਾਈ ਹੋਏ ਤੇ ਉਸੇ ਮਾਂ ਦੀ ਫਿਰ ਬੇਠੇ ਛੋਰਾ ਮਰ ਇਹ ਤਾਂ ਪ੍ਰੂਵਨ ਹੋ ਗਿਆ ਰਾਈਟ ਹੋ ਗਿਆ ਜੀ ਮੈਂ ਤਾਂ ਉਹ ਗੱਲ ਕਹੀ ਸੀ ਕਿ ਮੇਰਾ ਛੋਟਾ ਵੀਰ ਜਾਏਗਾ ਤੂੰ ਸੀ ਕਿ ਆ ਸੀ ਕਿ ਉਹਨੇ ਚੈਲੈਂਜ ਤਾਨੂੰ ਕੀਤਾ ਮੈਂ ਹੈ ਉਹਨੂੰ ਹੀ ਪਤਾ ਬਿੱਡੂ ਨੂੰ ਕਿ ਪ੍ਰਤਾਪ ਸਿੰਘ ਬਾਜੂ ਨੇ ਤੇ ਪਾਰਲੀਮੈਂਟ ਹੌਣ ਲੱਗ ਗਈ ਵੀ ਉਹਦੇ ਜ਼ਿੰਦਗੀ ਦੇ ਉਸ ਮੋੜ 'ਚ ਜਦੋਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਹੁਣ ਆਪਣੇ ਸੂਬੇ ਨੂੰ ਜਿਹੜੀ ਹੈ ਉਹ ਆਪਣੇ ਉਹ ਕਰ ਦਿੱਤਾ ਮੈਂ ਉਸ ਉਧ ਉਧਰ ਹੀ ਮੇਰਾ ਧਿਆਨ ਹੈ ਮੈਂ ਕਿਤੇ ਹੋਰ ਜਾਣਾ ਨਹੀਂ ਤੇ ਮੈਂ ਇਹ ਗੱਲ ਕਹੀ ਸੀ ਕਿ ਜੋਂ ਦਾਰਾ ਸਿੰਘ ਪਹਿਲਵਾਨ ਜਦੋਂ ਚੈਲੰਜ ਹੁੰਦਾ ਹੁੰਦਾ ਸੀ ਤਾਂ ਕਹਿੰਦੇ ਮੇਰਾ ਛੋਟਾ ਭਰਾ ਉਹ ਦਾ ਨਰੰਦਾਬਾ ਸੀ ਉਹ ਵੀ ਬੜਾ ਫੇਮਸ ਰੈਸਲਰ ਸੀ ਕਿ ਪਹਿਲੇ ਰੰਦਾਵੇ ਨੂੰ ਢਾਲਿਆ ਤੇ ਫਿਰ ਮੇਰੇ ਨਾਲ ਉਹਦਾ ਪੈਮਾਨਾ ਫਾਈਨਲ ਕਰਾਂਦੇ ਸੀ ਕਿ ਪਹਿਲੇ ਜਿਹੜਾ ਰੰਦਾਵੇ ਨੂੰ ਟਾਏਗਾ ਉਹ ਉਹਦੇ ਨਾਲ ਲੜਾਂਗਾ ਰੰਦਾਵੇ ਬੋਤ ਬੋਤ ਨੂੰ ਟਾ ਉੱਥੇ ਲਾ ਜਾਂਦੇ ਸੋ ਰਾਜਾ ਵੜਿੰਗ ਜੀ ਮੇਰੇ ਛੋਟੇ ਭਾਈ ਦੀ ਪੋਜੀਸ਼ਨ 'ਚ ਗਏ ਨੇ ਮੈਂ ਉਹਨਾਂ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ ਲੁਧਿਆਣੇ ਦੇ ਵੋਟਰਸ ਦਾ ਮੈਂ ਬਹੁਤ ਮਸ਼ਕੂਰ ਹਾਂ ਲੁਧਿਆਣੇ ਦਾ ਸਾਡਾ ਜਿੰਨੇ ਸਾਡੇ ਫਾਰਮਰ ਐਮਐਲਏਜ਼ ਨੇ ਲੁਧਿਆਣੇ ਦੇ ਸਾਡੇ ਜਿੰਨੇ ਬੂਥ ਮੈਨੇਜਮੈਂਟ ਦੇ ਵਰਕਰਜ਼ ਨੇ ਸਾਰਿਆਂ ਨੂੰ ਮੈਂ ਦਿਲੋਂ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹਨਾਂ ਨੇ ਪਾਰਟੀ ਦੀ ਦਸਤਾਰ ਦੀ ਲੜਾਈ ਸੀ ਮੁੱਛ ਦੀ ਲੜਾਈ ਸੀ ਸਾਡੀ ਇੱਜ਼ਤ ਦੀ ਲੜਾਈ ਸੀ ਸਾਰਿਆਂ ਜੇ ਰੱਖਿਆ ਨੇ ਹੈਟਸ ਆਫ ਟੂ ਲੁਧਿਆਣਾ ਐਂਡ ਸ਼ੋਰਟਸ ਤੁਸੀਂ ਕਿਹਾ ਮੈਂ ਲੋਕ ਸਭਾ ਦੀ ਇਲੈਕਸ਼ਨ ਨਹੀਂ ਲੜਨੀ ਹਾਂ ਸੋ ਬੇਨੂੰ ਕੁਝ ਦੇਣਾ ਜੰਨਾ ਪ੍ਰਤਾਪ ਬਾਜਵੇ ਦਾ ਡ੍ਰੀਮ ਹੈ ਤੁਸੀਂ ਪਹਿਲਾਂ ਵੀ ਇੱਕ ਦੋ ਵਾਰ ਗਿਆ ਸੀਗੀ ਇੱਕ ਦੋ ਵਾਰ ਮੈਂ ਫਸਲ ਵੇਚੀ ਵੱਡ ਕੇ ਕੋਈ ਹੋਰ ਲਗੇ 27 ਦੇ ਮਤੇ ਨਜ਼ਰ ਕਲੀਅਰ ਸ਼ਬਦਾਂ ਚ ਪ੍ਰਤਾਪ ਬਾਜਵੇ ਦਾ ਡ੍ਰੀਮ ਹੈ ਕਿ ਕਾਂਗਰਸ ਜਿੰਦੀ ਹੈ ਤਾਂ ਪ੍ਰਤਾਪ ਬਾਜਵਾ ਉਸ ਕੁਰਸੀ ਤੇ ਸੀਐਮ ਦੀ ਬਟਕੇ ਦੇਖੋ ਪੰਕਜ ਜੀ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸਮਝੋ ਅਸੀਂ ਇੱਕ ਡੈਮੋਕ੍ਰੈਟਿਕ ਪਾਰਟੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਲੀਡਰ ਜਾਂ ਕੋਈ ਆਦਮੀ ਖੁਦ ਫੈਸਲੇ ਨਹੀਂ ਕਰਦਾ ਇਹ ਪਾਰਟੀ ਦੀ ਹਾਈ ਕਮਾਂਡ ਫੈਸਲੇ ਕਰਦੀ ਹੈ ਬਟ ਮੈਨੂੰ ਪੂਰਨ ਇਸ ਗੱਲ ਤੇ ਵਿਥ ਹੈ ਵਿਕੋ ਇੱਕ ਚੀਜ਼ ਸਿੱਧੇ ਤੌਰ ਉਨ ਮੈਂ ਕੈਮਰਾ ਕਰਨਾ ਚਾਹੁੰਦਾ ਜਿਹੜਾ ਪੰਜਾਬ ਚ ਸਰਪੰਚ ਬੰਦ ਹੈ ਉਦੇ ਮਨ ਚ ਹੁੰਦਾ ਕਿ ਕਿਸੇ ਦਿਨ ਮੈਂ ਐਮਐਲਏ ਬਣਾ ਜਿਹੜਾ ਐਮਐਲਏ ਬਣਦਾ ਉਹਦੇ ਮਨ ਚ ਹੁੰਦਾ ਕਿ ਕਿਸੇ ਦਿਨ ਪ੍ਰਮਾਤਮਾ ਮਿਹਰ ਕਰੇ ਮੈਂ ਜੀਵਿਸ਼ਟ ਬਣਾ ਮੇਰਾ ਸਟਰਗਲ 1978 ਦਾ 1978 ਤੋਂ ਅੱਜ ਤਕਰੀਬਨ 45 ਸਾਲ ਹੋ ਗਏ 46 ਸਾਲ ਹੋ ਗਏ ਹਰ ਪੋਜੀਸ਼ਨ ਚਾਰ ਵਾਰ ਮੈਂ ਐਮਐਲਏ ਰਹੇ ਚੁੱਕਿਆ ਲੋਕ ਸਭਾ ਰਾਜ ਸਭਾ ਦਾ ਮੈਂਬਰ ਰਹੇ ਚੁੱਕਿਆ ਪਾਰਟੀ ਦਾ ਪ੍ਰਧਾਨ ਰਹੇ ਚੁੱਕਿਆ ਯੂਥ ਦਾ ਪ੍ਰਧਾਨ ਰਹੇ ਚੁੱਕਿਆ ਸੀਐਲਪੀ ਦਾ ਲੀਡਰ ਹਰ ਪੋਜੀਸ਼ਨ ਅਟੇਨ ਪ੍ਰਮਾਤਮਾ ਦੀ ਮਿਹਰ ਨਾਲ ਤੇ ਪਾਰਟੀ ਦੀ ਮਿਹਰਬਾਨੀ ਨਾਲ ਕੀਤੀ ਹੈ ਜੇ ਸક્ષਮ ਸਮਝਣਗੇ ਜੇ ਸੀਨੀਅਰ ਸਮਝਣਗੇ ਜੇ ਉਹ ਸਮਝਣਗੇ ਕਿ ਪੰਜਾਬ ਨੂੰ ਕਿਸੇ ਇਸ ਕਿਸਮ ਦੇ ਆਦਮੀ ਦੀ ਲੋੜ ਹੈ ਜੇ ਜਿਹੜਾ ਮੱਲਮ ਵੀ ਪੰਜਾਬ ਨੂੰ ਲਾ ਸਕਦਾ ਤੇ ਲੌਂਗ ਟਰਮ ਪੰਜਾਬ ਦੀ ਬਿਹਤਰੀ ਵਾਸਤੇ ਉਹਦੇ ਚ ਕੈਪੈਸਿਟੀ ਹੈ ਲੀਡ ਕਰਨ ਦੀ ਆਬਵੀਅਸਲੀ ਮੇਰਾ ਖਿਆਲ ਮੌਕਾ ਜ਼ਰੂਰ ਦੇਣਾ ਚਾਹੀਦਾ ਮੈਂ ਇਸ ਕਰਕੇ ਪੁੱਛ ਰਿਹਾ ਸੀ ਕਿਉਂਕਿ ਕਈ ਸਾਰੇ ਮੇਰੇ ਲੀਡਰਾਂ ਨਾਲ ਗੱਲਬਾਤ ਹੁੰਦੀ ਹੈ ਉਹ ਕਲੀਅਰ ਕੱਟ ਕਹਿ ਦਿੰਦੇ ਜਿਵੇਂ ਮੇਰੀ ਰਾਜਾ ਬੜਿੰਗ ਨਾਲ ਗੱਲ ਹੋਈ ਕਹਿੰਦੇ ਮੇਰੇ ਹੱਥ ਦੀ ਲਕੀਰ ਕਹਿੰਦੀ ਹੈ ਮੱਥੇ ਦੀ ਲਕੀਰਾਂ ਕਹਿੰਦੀਆਂ ਕਿ ਇੱਕ ਦਿਨ ਸੀਐਮ ਜ਼ਰੂਰ ਬਣਾ। ਅਮ੍ਰਿਤਾ ਵੜਿੰਗ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। ਰਵਨੀਤ ਮਿੱਤੂ ਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਇੱਕ ਦਿਨ ਮੈਂ ਸੀਐਮ ਜ਼ਰੂਰ ਬਣਾਗਾ, ਕਦੀ ਨਾ ਕਦੀ ਜ਼ਰੂਰ ਬਣਾਗਾ। ਪ੍ਰਤਾਪ ਬਾਜਵਾ ਦਾ ਵੀ ਇਹ ਡ੍ਰੀਮ ਹੁੰਦਾ ਹੈ ਕਿ ਇੱਕ ਨਾ ਇੱਕ ਦਿਨ ਤੁਸੀਂ ਉਹ ਕਹਿ ਰਹੇ ਹੋ ਕਿ ਮੈਂ ਲੋਕ ਸਭਾ ਦੀ ਲੜਨੀ ਸਾਰੀਆਂ ਮੈਂ ਜ਼ਿੰਮੇਵਾਰੀਆਂ ਨੇ ਵਾਰੀਆਂ, ਹੁਣ ਇੱਕੀ ਪੋਜੀਸ਼ਨ ਬਚੀ ਹੈ। ਉਸ ਪੋਜੀਸ਼ਨ ਤੇ ਕਿਉਂਕਿ ਇੱਕ ਟਾਈਮ ਕੇਰੋ ਸਾਹਿਬ ਵੀ ਸੀਗੇ, ਮਾਝੇ ਤੋਂ ਜ਼ਿਆਦਾ ਕਰੀ ਸੀਐਮ ਆਈ ਦੀ। ਮਾਲਵੇ ਦੇ ਹੀ ਸੀਐਮ ਬੰਦੇ। ਸਾਰੇ ਲੋਕ ਕਾਮਯਾ ਪੰਜਾਬ ਦਾ ਸੀਐਮ ਕਿੱਥੋਂ ਦਾ ਹੋਇਆ ਇਹ ਦੱਸੋ। ਕਿਹਾ ਸਾਹਿਬ ਤੁਹਾਨੂੰ ਕੁਆਲਿਟੀ ਦੀ ਲੋੜ ਹੈ ਕੁਆਂਟੀਟੀ ਦੀ ਲੋੜ ਹੈ ਤਾਂ ਹੀ ਮੈਂ ਕਹਿੰਦਾ ਕਿ ਤੁਹਾਡਾ ਜੇ ਸਿੱਧੇ ਸ਼ਬਦਾਂ ਵਿੱਚ ਪਾਰਟੀ ਨੇ ਤੈਅ ਕਰਨਾ ਤੁਸੀਂ ਪੰਕਜ ਜੀ ਜਿਹੜੀ ਤੁਸੀਂ ਮੇਰੇ ਕੋ ਖਵਾਣਾ ਚਾਹੁੰਦੇ ਹੋ ਜੋ ਮੈਂ ਕਹਿ ਰਿਹਾ ਹਰ ਤੁਹਾਡਾ ਵੇਖਣ ਵਾਲਾ ਸਮਝਦਾ ਪ੍ਰਤਾਪ ਸਿੰਘ ਬਾਜਵਾ ਕਹਿ ਕੀ ਰਿਹਾ ਜੋ ਤੁਸੀਂ ਮੇਰੇ ਮੂੰਹ 'ਚ ਪਾਣਾ ਚਾਹੁੰਦੇ ਹੋ ਮੈਂ ਕਹਿ ਰਿਹਾ ਅਸੀਂ ਡ੍ਰੀਮ ਹੁੰਦਾ ਜੇ ਡ੍ਰੀਮ ਤੇ ਤੁਹਾਨੂੰ ਮੈਂ ਦੱਸਿਆ ਜਿਹੜਾ ਬਾਹਰ ਬੈਠਾ ਕਿਸੇ ਸਟੇਜ ਤੇ ਜਿਹੜਾ ਜਿਹੜਾ ਵਿਚਾਰਾ ਜੇ ਕੁਝ ਵੀ ਨਹੀਂ ਕਰਨ ਵਾਲਾ ਵਿਹਲਾ ਵੀ ਹੁੰਦਾ ਉਹਦੀ ਵੀ ਡਰੀਮ ਹੁੰਦੀ ਕਿ ਕਿਸੇ ਦਿਨ ਮੈਂ ਕੋਈ ਚੰਗੀ ਜਗ੍ਹਾ ਤੇ ਪਹੁੰਚਾਂ ਤੇ ਕਿੰਨੀ ਡਰੀਮ ਨਹੀਂ ਹੈ ਹਰ ਆਦਮੀ ਦੀ ਡਰੀਮ ਦੈਸ ਨਥਿੰਗ ਅਰੌਂਗ ਡਰੀਮ ਜੇ ਤੁਸੀਂ ਕੰਮ ਕਰ ਰਹੇ ਹੋ ਉਸ ਪ੍ਰਤੀ ਆਨੈਸਟਲੀ ਲੱਗਿਓ ਸੂਬੇ ਦੀ ਬਿਹਤਰੀ ਵਾਸਤੇ ਆਪਣੀ ਪਾਰਟੀ ਦੀ ਬਿਹਤਰੀ ਵਾਸਤੇ ਉਹ ਹਮੇਸ਼ਾ ਸੁਪਨੇ ਸਾਕਾਰ ਹੁੰਦੇ ਨੇ ਪਰ ਮਾਤਮੇ ਕੋ ਨੇਚਰ ਕਿਹਨੂੰ ਕਹਿੰਦੇ ਪਰਮਾਤਮਾ ਬੈਠਾ ਬਟ ਹਰ ਚੀਜ਼ ਦਾ ਟਾਈਮ ਹੈ ਇਹ ਇਸ ਕਰਕੇ ਵੀ ਸਿੰਗਾਪੁਰ ਵੈਰੀ ਕਿਉਂਕਿ 27 ਜਿਹੜੇ ਤੁਹਾਡੇ ਕੰਪੀਟੀਟਰ ਨੇ ਚਰਨਜੀਤ ਸਿੰਘ ਚੰਨੀ ਸਾਹਿਬ ਮੈਂਬਰ ਪਾਰਲੀਮੈਂਟ ਬਣ ਗਏ ਸੁਖਜਿੰਦਰ ਰੰਧਾਵਾ ਸਾਹਿਬ ਮੈਂਬਰ ਪਾਰਲੀਮੈਂਟ ਬਣ ਗਏ ਰਾਜਾ ਬ੍ਰਿੰਗ ਸਾਹਿਬ ਮੈਂਬਰ ਪਾਰਲੀਮੈਂਟ ਬਣ ਗਏ ਮੈਦਾਨ ਕਲੀਅਰ ਹੋ ਗਿਆ ਹੁਣ ਚਿਹਰਾ ਕੌਣ ਬਚੇ ਨਹੀਂ ਜੇ ਇਸ ਤੇ ਕਿਹੜਾ ਦੇਖੋ ਇਹ ਇਸ ਗੱਲ ਤੇ ਮੈਂ ਬਲੀਵ ਹੀ ਨਹੀਂ ਕਰਦਾ ਆ ਜਿਹੜਾ ਰਾਜਸਥਾਨ ਦਾ ਬੀਜੇਪੀ ਨੇ ਬਣਾਇਆ ਪਹਿਲੀ ਵਾਰ ਦਾ ਐਮਐਨਡੇ ਜਿਹੜਾ ਮੱਧ ਪ੍ਰਦੇਸ਼ ਦੇ ਬਣਾਇਆ ਪਹਿਲੀ ਵਾਰ ਦਾ ਐਮਐਨਡੇ ਉਹ ਚੀਜ਼ ਨਾ ਗੱਲਾਂ ਨੂੰ ਕਦੋਂ ਕਿੰਨੇ ਕਦੋਂ ਆ ਜਾਣਾ ਹੈ ਕਿੱਧਰ ਦੀ ਆ ਜਾਣਾ ਹੈ ਕਿਹੜੇ ਰਸਤੇ ਉ ਪਹੁੰਚ ਜਾਣਾ ਹੈ ਕਿਹੜਾ ਉੱਤੋਂ ਉੱਤਰ ਪੈਣਾ ਹੈ ਕਿਹੜਾ ਹਲੋ ਡਿੱਗ ਪੈਣਾ ਉਹ ਗੱਲਾਂ ਨੂੰ ਆਪਾਂ ਤੇ ਛੱਡਦੇ ਹੋਏ ਇਹ ਇਹ ਤੇ ਤੁਹਾਨੂੰ ਮੈਂ ਦੱਸਿਆ ਜੋ ਮੌਕਾ ਆਏਗਾ ਪੰਜਾਬ ਐਸ ਟਾਈਮ ਇਹੋ ਜੇ ਗੇਟ ਦੇ ਵਿੱਚ ਜਿੱਥੇ ਤੁਹਾਨੂੰ ਬੜੀ ਮੈਚੂਰ ਲੀਡਰਸ਼ਿਪ ਪੜੇ ਲਿਖੇ ਲੋਕ ਜਿਹੜੇ ਕਿਸੇ ਟਾਈਮ ਚੂਬੇ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਨੇ ਤੁਹਾਨੂੰ ਹੁਣ ਉਸ ਕਿਸਮ ਦੇ ਬੰਦੇ ਦੀ ਲੋੜ ਹੈ ਜਿਹੜਾ ਅੱਜ ਤੋਂ 30 ਸਾਲ ਜਾਂ 40 ਸਾਲ ਬਾਅਦ ਪੰਜਾਬ ਨੂੰ ਕੀ ਚਾਹੀਦਾ ਉਹ ਅੱਜ ਪਲਾਨ ਆਊਟ ਕਰ ਪੈਰ ਤੇ ਨਹੀਂ ਮੈਂ ਨਹੀਂ ਕਹਿੰਦਾ ਮੈਂ ਆ ਹੋ ਸਕਦਾ ਮੇਰ ਨੂੰ ਵੀ ਕਈ ਬਿਹਤਰ ਹੋਣ ਜਾਂਦੇ ਟਾਈਮ ਦੇ ਵਿੱਚ ਕੋਈ ਵੀ ਆ ਸਕਦਾ ਸੋ ਆਈ ਡੋਟ ਰੂਲ ਆਊਟ ਕਿ ਮੇਰੇ ਤੋਂ ਇਲਾਵਾ ਕੋਈ ਹੋਰ ਸਿਆਣਾ ਹੀ ਨਹੀਂ ਪੰਜਾਬ 'ਚ ਜਾਂ ਵਿਜਨਰੀ ਹੈ ਨਹੀਂ ਬਟ ਆਈ ਫੀਲ ਕਿ ਮੇਰੀ ਪਾਰਟੀ ਦੇ ਵਿੱਚ ਆਪਣੀ ਸਿਨਿਓਰਿਟੀ ਨਾਲ ਆਪਣੀ ਰਾਇਲਟੀ ਨਾਲ ਆਪਣੀ ਕੈਪੇਬਿਲਟੀ ਨਾਲ ਆਈ ਸਟੈਂਡ ਅ ਵੈਰੀ ਗੁੱਡ ਚਾਂਸ ਜਖਰ ਸਾਹਿਬ ਕਹਿੰਦੇ-ਕਹਿੰਦੇ ਕਿ ਹਿੰਦੂਆਂ ਨੂੰ ਕਾਂਗਰਸ ਸੈਕੰਡ ਦਰਜੇ ਦਾ ਮੰਨਦੀ ਹੈ। ਹਿੰਦੂ ਲੀਡਰਸ਼ਿਪ ਨਹੀਂ ਉਭਰਨ ਦਿੰਦੀ। ਹਿੰਦੂ ਲੀਡਰ ਨੂੰ ਪ੍ਰਧਾਨ ਨਹੀਂ ਲਗਾਇਆ ਜਾਂਦਾ। ਹਿੰਦੂ ਲੀਡਰ ਨੂੰ ਸੀਐਮ ਨਹੀਂ ਲਗਾਇਆ ਜਾਂਦਾ। ਹਿੰਦੂਆਂ ਦੇ ਨਾਲ ਧੱਕਾ ਕਰਦੀ ਕਾਂਗਰਸ। ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਇੱਕ ਨਾ ਚਿਰ ਪ੍ਰਧਾਨ ਰਹੇ ਨੇ। ਜਖਰ ਸਾਹਿਬ। ਓਨ ਦੀ ਕੰਟਰੀ ਤੇ ਜਖਰ ਸਾਹਿਬ ਚ ਕੋਈ ਮੋਰਲਸ ਹੋਣ। ਇਟ ਇਜ਼ ਹਾਈ ਟਾਈਮ ਹੀ ਰਿਜ਼ਾਈਨ। ਜਿੰਨਾ ਦੀ ਲੀਡਰਸ਼ਿਪ ਥੱਲੇ ਇੱਕ ਵੀ ਪਾਰਲੀਮੈਂਟਰੀ ਆ ਸਕੇ ਇੰਨਾ ਜ਼ੋਰ ਪ੍ਰਾਈਮ ਮਿਨਿਸਟਰ ਨੇ ਲਾਇਆ ਇਨੇ ਫੇਰੇ ਐਚਐਮ ਨੇ ਲਾਏ ਹੋਣ ਤੇ ਫਿਰ ਇੱਕ ਵੀ ਬੰਦਾ ਨੇ ਜਿਤਾ ਸਕਣ ਤੇ ਆਪਣਾ ਜੱਦੀ ਹਲਕਾ ਜਿੱਥੋਂ ਦੇ ਰਹਿਣ ਵਾਲੇ ਉਹ ਨਾ ਜਿਤਾ ਸਕਣ ਤੇ ਉਹ ਕਿਹੜੀਆਂ ਕਹਾਣੀਆਂ ਪਾਉਂਦੇ ਫਿਰਦੇ ਕਾਂਗਰਸ ਦੇ ਪ੍ਰਧਾਨ ਕੌਣ ਸਨ ਜੀ ਮੈਨੂੰ ਦੱਸੋ ਸੁਨੀਲ ਜਾਕਰ ਕਾਂਗਰਸ ਦੇ ਪ੍ਰਧਾਨ ਨਹੀਂ تھے ਖੋਰ ਕੀ ਇਹ جانتے ਨਹੀਂ ਹਾਰੇ ਹੋਏ ਜਦੋਂ ਅਸੈਂਬਲੀ ਆ ਰਹੀ ਸੀ ਉਸ ਦੇ باوجود ਇਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਦੂਜਾ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਜਖਰ ਸਾਹਿਬ ਤੁਸੀਂ ਤੇ ਜਿੱਥੇ ਮਰਜੀ ਜਾ ਕੇ ਖੜੇ ਹੋ ਸਕਦੇ ਫਿਰੋਜ਼ਪੁਰ ਤੋਂ ਤੁਸੀਂ ਛੱਡ ਕੇ ਗੁਰਦਾਸਪੁਰ ਜਾ ਕੇ ਪਾਰਲੀਮੈਂਟ ਦੇ ਮੈਂਬਰ ਬਣ ਕੇ ਸਾਲ ਦੇ ਵਿੱਚ ਹੀ ਲੋਕਾਂ ਰਿਜੈਕਟ ਕਰਕੇ ਫੇਰ ਤੁਹਾਨੂੰ ਕਲਾਤਾ ਜਿਹੜੀ ਪਾਰਟੀ 40 ਸਾਲ ਤੁਹਾਨੂੰ ਸੀਐਲਪੀ ਦਾ ਲੀਡਰ ਹਰ ਪੋਜੀਸ਼ਨ ਤੁਹਾਨੂੰ ਦਿੱਤੀ ਉਸ ਪਾਰਟੀ ਨੂੰ ਤੁਸੀਂ ਛੱਡ ਕੇ ਅੱਜ ਬੀਜੇਪੀ ਚਲੇ ਗਏ ਤਾਂ ਬੀਜੇਪੀ ਦੀ ਪਰਫਾਰਮੈਂਸ ਕੀ ਹੈ ਮੈਂ ਪੁੱਛਣਾ ਚਾਹਨਾ ਪਹਿਲੇ ਜਾਖਰ ਸਾਹਿਬ ਦੇਨ ਦੀ ਪਾਰਟੀ ਨੂੰ ਤੁਸੀਂ ਸਾਡਾ ਕਾਂਗਰਸ ਕਰਨ ਨਹੀਂ ਕਰ ਦਿੱਤਾ ਭਾਜਪਾ ਦਾ ਕੋਈ オリジナル ਭਾਜਪਾ ਦਾ ਤਾਂ ਮੈਨੂੰ ਬੰਦਾ ਹੀ ਨਹੀਂ ਨਜ਼ਰ ਆਇਆ ਆ ਰਾਣਾ ਸੋਢੀ ਨੂੰ ਜਿਹਨੇ ਟਿਕਟ ਦਿੱਤੀ ਕਿਹੜੀ ਪਾਰਟੀ ਚੋਂ ਆਇਆ ਜੀ ਫਿਰੋਜ਼ਪੁਰ ਦੀ ਇਹਨਾਂ ਦੀ ਆਪਣੀ ਰਾਣਾ ਸੋਢੀ ਤੇ ਦੋਨੋਂ ਇਕੱਠੇ ਹੋ ਕੇ ਫਿਰੋਜ਼ਪੁਰ ਨਹੀਂ ਜਿੱਜ ਸਕੇ ਜੀ ਤੇ ਬਾਕੀਆਂ ਦੇ ਤੇ ਗੱਲ ਹੀ ਛੱਡੋ ਕੋਈ ਇੱਕ ਕੈਂਡੀਡੇਟ ਦੱਸੋ ਸਾਰੇ ਦੇ ਸਾਰੇ ਭਾਵੇਂ ਰਿੰਕੂ ਹੈ ਸਾਰੇ ਡਿਫੈਕਟਰ ਭਰਤੀ ਕਰ ਲੈਣ ਜਿਹੜਾ ਬੰਦਾ ਪਹਿਲੇ ਕਾਂਗਰਸ ਛੱਡਦਾ ਆਪਦੇ ਐਮਪੀ ਬੰਦਾ ਐ ਐਮਪੀ ਸ਼ਿਟਿੰਗ ਐਮਪੀ ਚਾੜ ਕੇ ਫਿਰ ਭਾਜਪੀ ਚਲਾ ਜਾਂਦਾ ਕੋਈ ਕਿਸ ਕਿਸਮ ਦੀ ਕਰੈਕਟਰ ਮੈਨੂੰ ਕੋਈ ਥੋੜੀ-ਬੋਟੀ ਦੱਸਣ ਤੇ ਸਹੀ ਜਾਕਰ ਸਾਹਿਬ ਕਿਹੜੀ ਗੱਲ ਕਰਦੇ ਨੇ ਤੇ ਅਸੀਂ ਉਸ ਦਿਨ ਦੀ ਇੰਤਜ਼ਾਰ ਕਰਾਂਗੇ ਜਦੋਂ ਮੋਦੀ ਸਾਹਿਬ ਇਹਨਾਂ ਨੂੰ ਬੜਾ ਦੇ ਐਂ ਤੇ ਕਹਿੰਨੇ ਆ ਜਾਕਰ ਸਾਹਿਬ ਤੁਹਾਡੀ ਪੰਜਾਬ ਤੇ ਵਾਰੀ ਆਣੀ ਨਹੀਂ ਆਓ ਮੋਦੀ ਸ਼ਾਮ ਨੂੰ ਬੇਨਤੀ ਕਰਨੇ ਆ ਕਿ ਜਿੱਸਾ ਸ਼ੈਣੀ ਸਾਹਿਬ ਨੂੰ ਹਰਿਆਣੇ 'ਚ ਬਣਾਏ ਇਹਨਾਂ ਨੂੰ ਵੀ ਕੜੋ ਕੇ ਦੇ ਉੱਥੋਂ ਬੜਾ ਦਿਓ ਨਹੀਂ ਤੇ ਰਾਜਸਥਾਨ ਨੂੰ ਕਿਤੇ ਬਣਾ ਦਿਓ ਪੰਜਾਬ 'ਚ ਇਹਨਾਂ ਦੀ ਵਾਰੀ ਆਣੀ ਦੂਸਰੀ ਗੱਲ ਇਹ ਹੈ ਕਿ ਇੰਡੀਆ ਲਾਈਨਸ ਜੋ ਨੰਬਰ ਲੱਗੀ ਗਈ ਹੈ ਉਮ ਤੋਰ ਗਰੋਡ ਜਮਾ ਘਟਾ ਦੀ ਪੋਜੀਸ਼ਨ ਸ਼ੁਰੂ ਹੋ ਗਈ ਪ੍ਰਧਾਨ ਮੰਤਰੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਉਹ ਕਹਦੇ ਅਸੀਂ ਸਰਕਾਰ ਬਣਾ ਰਹੇ ਹਾਂ ਔਰ ਇੰਡੀਆ ਲਾਈਨਸ ਕਹਿ ਰਹੀ ਅਸੀਂ ਸਰਕਾਰ ਬਣਾ ਰਹੇ ਹਾਂ ਤੁਹਾਨੂੰ ਲੱਗਦਾ ਇੰਡੀਆ ਲਾਈਨਸ ਦੀ ਸਰਕਾਰ ਬਣ ਸਕਦੀ ਹੈ ਉਹ ਨੰਬਰ ਜਿਹੜੇ ਨੇ ਇੰਡੀਆ ਲਾਈਨਸ ਕੋਲ ਆ ਸਕਦੇ ਕਿਉਂਕਿ ਇੱਕ ਵੀਡੀਓ ਵਾਇਰਲ ਹੋਈ ਤੁਸੀਂ ਦੇਖਿਆ ਨਿਤਿਸ਼ ਕੁਮਾਰ ਆ ਰਹੇ ਨੇ ਤੇਜਸਵੀ ਯਾਦਵ ਨਾਲ ਫਲਾਈਓ ਚ ਬੈਠੇ ਨੇ ਉਹ ਕਹਿੰਦੇ ਸਰਕਾਰ ਜ਼ਰੂਰ ਬਣੇਗੀ ਇੰਨੀ ਗੱਲ ਕਹਿ ਕੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਇਸ ਸਰਕਾਰ ਤੇ ਸਾਰਿਆਂ ਨੂੰ ਪਤਾ ਬਟ ਨਹੀਂ ਬਟ ਕਿਦੀ ਬਣੇਗੀ ਇਹ ਨਿਤਿਸ਼ ਜੀ ਨਹੀਂ ਦੱਸ ਕੇ ਗਏ ਤੇ ਨਤੀਸ਼ੀਦ ਬਹੁਤ ਮਸ਼ਹੂਰ ਨੇ ਟਾਈਮ ਤੇ ਆ ਕੇ ਪਲਟੀ ਬਾਦ ਦੇ ਵਿੱਚ ਕਈ ਵਾਰ ਪਲਟੀਆਂ ਮਾਰੀਆਂ ਨੇ ਹੁਣ ਉਹਨਾਂ ਦਾ ਫੇਰ ਪਲਟੀ ਦਾ ਟਾਈਮ ਆ ਗਿਆ ਵੇਖੋ ਨਾਇਡੂ ਸਾਹਿਬ ਦੀ ਮੇਰੇ ਕੋਲ ਜੇ ਵੀ ਇੱਥੇ ਟੇਪ ਪਈ ਹੈ ਜਿਹਦੇ ਵਿੱਚ ਉਹਨਾਂ ਸ਼ਰਿਆ ਬਿਓਨ ਵੀਡੀਓ ਕਿਹਾ ਕਿ ਵੀ ਹੈਵ ਡਜ਼ਨਸ ਆਫ ਲੀਡਰਸ ਹੂ ਆਰ ਬੈਟਰ ਦਨ ਮਿਸਟਰ ਮੋਦੀ ਤੇ ਇੱਥੇ ਇਸ ਟਾਈਮ ਡੈਮੋਕ੍ਰੇਸੀ ਦੀ ਨਾਂ ਕੋਈ ਨਹੀਂ ਇੱਥੇ ਤੇ ਸਾਰਾ ਏਜੰਸੀਆਂ ਦਾ ਕੰਟਰੋਲ ਹੈ ਮੇਰੇ ਕੋ ਇਸ ਟਾਈਮ ਅਜੇ ਚਾਹਦੇ ਹੋ ਤਾਂ ਮਤਲਬ ਚਨਾਵ ਹੀ ਸਾਰਾ ਹੈ ਸੋ ਵਾਟ ਆਈ ਫੀਲ ਇਜ਼ ਐਨੀਥਿੰਗ ਇਜ਼ ਪੋਸੀਬਲ ਐਸ ਟਾਈਮ ਮੋਦੀ ਸਾਹਿਬ ਕੋ ਆਪਣੇ 235 ਸੀਟ MP ਬੀਜੇਪੀ ਕੋ ਚਾਹੀਦੇ ਨੇ 272 ਸੋ ਦੇ ਆਰ ਆਲ ਆਲਰੇਡੀ ਸ਼ਾਟ ਉਹਨੇ ਇਹਦੇ ਵਿੱਚ ਔਲਾਈਜ਼ ਕੀ મોદી ਸਾਹਿਬ ਨੂੰ ਬੜਾਣਾ ਚਾਹਣਗੇ ਕਿਸੇ ਹੋਰ ਨੂੰ ਬੜਾਣੇ ਦੀ ਇਹ ਦੇ ਵਕਤੀ ਦਰਸ਼ਕ ਇਹਦੇ ਪਰ ਮੈਂ ਚਿੱਤ ਗੇਟ ਬੈਠਾ ਤੇ ਕੋਈ ਕਹਿ ਨਹੀਂ ਸਕਦਾ ਸ਼ਕਮ ਤਾਂ ਲੱਗਦਾ ਕਿ ਗੇਮ ਚੇਂਜ ਕਰ ਸਕਦੇ ਕਿੰਗ ਮੇਕਰ ਦੀ ਭੂਮਿਕਾ ਹੋ ਸਕਦੀ ਇੰਡੀਆ ਅਲਾਈንስ ਉਹਨਾਂ ਨੂੰ ਡਿਫਟੀ ਪ੍ਰਧਾਨ ਮੰਤਰੀ ਜਾਂ ਕੋਈ ਇਸ ਤਰੀਕੇ ਦਾ ਅਹੁਦਾ ਦਿੰਦਾ ਜਾਂ ਉਹ ਐਨਡੀਏ ਨਾਲ 바ਰਗੇਨਿੰਗ ਕਰ ਰਹੇ ਨੇ ਕਿ ਭਾਈ ਮੈਂ ਉਧਰ ਜਾ ਸਕਦਾ ਦੇਖੋ ਜੀ ਨਿਤਿਸ਼ ਜੀ ਦੀ ਜਿਹੜੀ ਐਕਸਪਰਟੀਜ਼ ਉਹ ਹੈ ਹੀ 바ਰਗੇਨਿੰਗ ਹਰ ਮੋੜ ਦੇ ਉੱਤੇ ਉਹਨਾਂ ਨੇ 바ਰਗੇਨਿੰਗ ਕੀਤਾ ਤੇ 바ਰਗੇਨ ਚ ਹੀ ਖਟਿਆ ਇਹਨਾਂ ਤੋਂ ਹੋਰ ਕੀ ਐਕਸਪੈਕਟ ਕਰਦੇ ਹੋ ਐਂਡੀ ਐਂਡੀਆ ਤੋਂ ਅਗਰ ਇੰਡੀਆ ਵਾਲੇ ਪਾਸੇ ਆਂਦੇ ਇੰਡੀਆ ਐਕਸੈਪਟ ਕਰੇਗੀ ਇਹਨਾਂ ਨੂੰ ਇੰਡੀਆ ਨੂੰ ਇਸ ਗੱਲ ਦਾ ਅਕੇਲਮ ਵੇਖੋ ਮੈਂ ਤੇ ਪੰਜਾਬ ਦੇ ਲੈਵਲ ਤੇ ਕੋਈ ਜਵਾਬ ਦੇ ਸਕਦਾ ਇੰਡੀਆ ਐਲਾਈਸ ਬਾਰੇ ਤੇ ਇੱਕ ਤੇ ਪਹਿਲੀ ਗੱਲ ਇਹ ਸਾਰੀ ਪਾਰਟੀਆਂ ਨੂੰ ਜੁਆਇੰਟ ਫੈਸਲਾ ਲੈਣਾ ਪਏ ਕਿਸੇ ਸਿੰਗਲ ਪਾਰਟੀ ਕੋ ਤੇ ਮੈਜੋਰਟੀ ਹੈ ਨਹੀਂ ਨੰਬਰ 2 ਸਾਡੀ ਜਿਹੜੀ ਲੀਡਰਸ਼ਿਪ ਹੈ ਜੇ ਮੈਂ ਛੱਡ ਦੇ ਨਾ ਇੰਡੀਆ ਬਲੋਕ ਦੇ ਵਿੱਚ ਤੋਂ ਉਹ ਆਹਦੀ ਪਰਸਨਸ ਹੂ ਵਿਲ ਟੇਕ ਦੀ ਕਾਲ ਔਨ ਦਿਸ ਮੈਂ ਤੇ ਇਥੇ ਮੈਂ ਤਾਂ ਇੱਕ ਤੁਹਾਨੂੰ ਇੱਕ ਜਨਰਲ ਗੱਲ ਪੰਜਾਬ ਪ੍ਰਤੀ ਕਹਿ ਸਕਦਾ ਨਾ ਸੈਂਟਰ ਤੇ ਫੈਸਲੇ ਤੇ ਉਹਨਾਂ ਨੇ ਲੈਣੇ ਨੇ ਬਟ ਸਿਆਸਤ ਦੇ ਵਿੱਚ ਉਹ ਕਹਿੰਦੇ ਨੇ ਕਿ एवरीथिंग ਇਜ਼ ਪੋਸੀਬਲ ਇਨ ਲਵ ਐਂਡ ਵਾਰ ਤੋਂ ਇਥੇ ਵੀ ਕੋਈ ਕਦੋਂ ਆ ਜਾਏ ਤੇ ਕਦੋਂ ਛੱਡ ਜੇ ਤੇ ਕੀ ਕੁਝ ਨਹੀਂ ਜਾ ਸਕਦਾ ਅੱਛਾ ਕਾਂਦੀਦਾਂ ਦੀ ਇੰਨੀ ਖਰਾਬ ਹਾਲਤ ਹੋਣ ਦੀ ਵਜ੍ਹਾ ਕੀ ਹੈ ਕਿ ਸਿਰਫ ਬਠਿੰਡਾ ਸੀਟ ਬਚਾ ਸਕੇ 10 ਸੀਟਾਂ ਦੇ ਜਮਾਨਤ ਜਬ ਤੱਕ ਉਹ ਵੀ ਹੈ ਕਾਂਦੀਦ ਕਿੱਥੇ ਖੜਾ ਪੈਗਾ ਆਪਣੇ ਵਿੱਚ ਕੁਝ ਮੈਂ ਸਮਝ ਨਾ ਕਿ ਪਿਸ ਤੇ ਜਿਹੜੀ ਸਰਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਟਰਮ ਸੀ ਜਦੋਂ ਜਿਹਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਰਵਾਈਤਾ ਸੀ ਸਿੱਖ ਇੰਸਟੀਚਿਊਸ਼ਨ ਸੀ ਜਿਹੜੇ ਉਦੋਂ ਸਾਸਕਵੀਰ ਸਿੰਘ ਉਹਨਾਂ ਨੇ ਤੇ ਬਾਦਲ ਸਾਹਿਬ ਨੇ ਤਬਾ ਕਰ ਦਿੱਤੇ ਇਹ ਉਹਦੇ ਵਿੱਚ ਬਰਗਾੜੀ ਬਾਈਬਲ ਖਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਸਵਾਲ ਸੀ ਇਹਨਾਂ ਦਾ ਉਹਨਾਂ ਲੋਕਾਂ ਨਾਲ ਤਾਲਮੇਲ ਹੋਣਾ ਜਿੰਨਾਂ ਨੇ ਦੀਵੜੀਆਂ ਬੇਦਬੀਆਂ ਕੀਤੀਆਂ ਫਿਰ ਉਹਨਾਂ ਦਾ ਬਚਾ ਕਰਨ ਦੀ ਕੋਸ਼ਿਸ਼ ਕਰਨੀ ਫਿਰ ਉਹ ਚੀਜ਼ ਪ੍ਰੂਫ ਹੋ ਜਾਣੀ ਉਹ ਜੇ ਤੱਕ ਲੋਕਾਂ ਦੇ ਦਿਮਾਗ 'ਚ ਨਹੀਂ ਗਿਆ ਹੈ ਪੁਲਿਸ ਦੇ ਉਹ ਡਾਇਰੈਕਟਰ ਜਨਰਲ ਪੁਲਿਸ ਲਾਏ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਮੁੰਡਿਆਂ ਨੂੰ ਫਰਜ਼ੀ ਇਨਕਾਊਂਟਰਾਂ 'ਚ ਮਾਰਿਆ ਸੀ ਉਹ ਚੀਜ਼ ਜਾਂ ਇੱਕ ਇਹੋ ਜਿਹਾ ਆਦਮੀ ਜਿਹਦੇ ਨਾਂ ਤੇ ਇੱਕ ਇੱਕ ਵਿੰਗੀ ਬਣਿਆ ਸੀ ਜਿਹਨੂੰ ਕਿਸੇ ਇੱਕ ਬੰਦੇ ਦੇ ਨਾਲ ਨਾਲ ਉਹਦੇ ਕੈਚਸ ਕਿਹਾ ਜਾਂਦਾ ਸੀ ਤੋਂ ਇਸ ਕਿਸਮ ਦੇ ਲੋਕਾਂ ਨੂੰ ਉਹਨਾਂ ਦੀ ਘਰਦਿਆਂ ਨੂੰ ਟਿਕਟਾਂ ਦੇਣੀਆਂ ਉਹਨਾਂ ਨੂੰ ਡੀਜੀਪੀ ਦੀਆਂ ਪੋਜੀਸ਼ਨਾਂ ਤੇ ਲਾਣਾ ਬਰਗਾੜੀ ਬਾਈਬਲ ਕਲਾਂ ਦੇ ਵਿੱਚ ਜਿਸ ਕਿਸਮ ਦਾ ਇਹਨਾਂ ਦਾ ਰੋਲ ਰਿਹਾ ਪ੍ਰੂਵਨ ਫੈਕਟ ਸੀ ਫਿਰ ਜਿਹੜਾ ਤੁਹਾਨੂੰ ਪਤਾ ਹੀ ਹੈ ਹਰਿਆਣੇ ਦੇ ਵਿੱਚ ਇੱਕ ਆਦਮੀ ਜੇਲ੍ਹ ਦੇ ਵਿੱਚ ਹੈ ਉਹਦਾ ਰੋਲ ਜਿਸ ਕਿਸਮ ਦਾ ਰਿਹਾ ਇਹਨਾਂ ਨਾਲ ਉਹਦੀ ਕਿਸ ਕਿਸਮ ਦੀ ਅੰਡਰਸਟੈਂਡਿੰਗ ਸਿਆਸੀ ਅੰਡਰਸਟੈਂਡਿੰਗ ਸੀ ਉਹ ਸਾਰੀਆਂ ਚੀਜ਼ਾਂ ਬਾਹਰ ਆਈਆਂ ਲੋਕਾਂ ਦੇ ਵਿੱਚ ਵੱਡੇ ਪੈਮਾਨੇ ਤੇ ਨਫ਼ਰਤ ਇਹਨਾਂ ਪ੍ਰਤੀ ਭਰ ਗਈ ਹੈ ਹੁਣ ਤੁਸੀਂ ਵੇਖੋ ਇਹਨਾਂ ਦਾ ਵੋਟ ਬੈਂਕ ਡਿੱਗਦਾ ਡਿੱਗਦਾ ਮੈਨਾ 12 13 ਪਰਸੈਂਟ ਤੇ ਆ ਗਿਆ ਹੈ ਤੋ ਐਕਸੈਪਟ ਫॉर ਬਠਿੰਡਾ ਜਿਹੜਾ ਹਰ ਵਿਸ਼ੇਸ਼ ਕਾਰਨਾਂ ਕਰ ਜਿਹੜਾ ਮੈਂ ਉਹਨ ਕੈਮਰਾ ਨਹੀਂ ਕਹਿ ਸਕਦਾ ਜਿਹੜੇ ਇਲੈਕਸ਼ਨ ਕਮਿਸ਼ਨਰ ਜਿਹੜੀਆਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਚੀਜ਼ਾਂ ਦੀ ਇੰਨੇ ਵੱਡੇ ਪੈਮਾਨੇ ਤੇ ਵਰਤੋਂ ਕਰਕੇ ਤੇ ਮਸਾ ਆਪਣੀ ਸੀਟ ਸਸਟੇਨ ਕਰ ਪਾਈ ਨੇ ਇੱਕ ਉਹ ਇਹਨਾਂ ਦੀ ਤੇ ਸਾਰੀ ਜਗ੍ਹਾ ਤੇ ਉੱਤੇ ਕੰਪਲੀਟ ਕਾਮੀ ਕਾਲ ਕਿੱਥੇ ਘੜਾ ਪੰਗਾ ਇਹ ਮੇਰੇ ਖਿਆਲ ਤੇ ਦੇ ਆਰ ਆਲਮੋਸਟ ਬੈਂਕਰਪਟ ਜੀ ਆਲਮੋਸਟ ਬੈਂਕਰਪਤੇ ਮੇਰੇ ਖਿਆਲ ਦੀ ਡਿਸਿਪਲਿਨ ਦੀ ਮੰਗ ਕਰਨਗੇ ਹੁਣ ਕਰ ਵੀ ਲੈਣਗੇ ਤੇ ਉਹ ਠਿਕਾ ਬੰ ਚੁਕੇ ਨੇ ਉਹ ਬੈਂਕ ਜਿਹੜਾ ਬਿਲਕੁਲ ਕਰਜ਼ਾਈ ਹੋ ਕੇ ਬੰਦ ਹੋ ਚੁੱਕਿਆ ਹੁਣ ਨਵੇਂ ਡਾਇਰੈਕਟਰ ਜਿਹਨੇ ਮਰਜ਼ੀ ਉਸ ਬੈਂਕ ਤੇ ਲਾ ਲੋ ਉਹ ਫਾਈਨੈਂਸ਼ੀਅਲ ਮੈਸਚੋਂ ਬਾਹਰ ਨਹੀਂ ਨਿਕਲ ਸਕਦਾ ਸੋ ਇਹਨਾਂ ਦਾ ਕੰਮ ਤੇ ਆਲਮੋਸਟ ਓਵਰ ਹੀ ਹੈ ਇਹਨਾਂ ਦੀ ਜਗ੍ਹਾ ਤੇ ਹੋਰ ਬਹੁਤ ਸਾਰੇ ਫਰੇਂਜ ਐਲੀਮੈਂਟ ਲਈ ਜਾ ਰਹੇ ਨੇ ਦੇਰ ਦੀ ਵੋਟਾਂ ਖਿੱਚ ਕੇ ਉਹ ਲੈ ਚੰਦੇ ਨੇ ਕਮ ਮੇਰਾ ਖੇਲ ਨਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਕਾਂਗਰਸ ਸਭ ਤੋਂ ਵੱਡੀ ਪਾਰਟੀ ਉਹ ਕਿ ਅਜ਼ਲੀ ਔਰ ਇਸ ਦੇ ਵਿੱਚ ਇੱਕ ਵੱਡਾ ਰੋਲ ਪ੍ਰਤਾਪ ਸਿੰਘ ਬਾਜਵਾ ਹੋ ਰਾਦੀ ਚਨੱਕਰ ਨਿਤਿਦਾ ਹੈਂਦਾਵੇ ਹੋਰ 2027 ਨੂੰ ਲੈ ਕੇ ਕੀ ਕੁਝ کہہ ਰਹੇ ਹਨ ਬ੍ਰਿਕਨਵਤ ਕਿੰਨੀ ਆਪਣੇ ਸਹਿਯੋਗੀ ਰਜੀਤ ਦੇ ਨਾਲ ਸਭ ਤੋਂ ਫਾਈਨ ਨਿਊਜ਼ ਜਿ ਚਣੀ